सीसीटीवी च कैद यह तस्वीरां शहर अमृतसर दे रामबाग दीआं ने। तस्वीरां च तुसी देख सकदे हो कि एक व्यक्ति चर्च दे मेन दरवाजे दी भन तोड़ कर रहा है। काफी मशक्कत तो बाद मेन गेट का दरवाजा तोड़ के अंदर दाखिल हो जाता है, जो तस्वीर साफ दिखाई देता है। चर्च के आगुआ वालों कहा जा रहा है कि उस व्यक्ति वालों चर्च की तोड़ भन तो इलावा साडे नाल भी दुरव्यवहार किया। अज मैं सब तो पहला तो मैं मीडिया के द्वारा और फास्ट वे चैनल के द्वारा सारे शहर वासियों ये जरूर दसना चाहवागा कि अज रामबाग दे विच कराई चर्च कैथीड्रल जो कि शहर दे विच मेन चर्च है, उस चर्च दे विच अज सवेरे किसी अणपछाते व्यक्ति के द्वारा चर्च का मेन गेट तोड़न की कोशिश की गई। लत्तां मार मार के उसने इस कोशिश नूं कीता, जो कि सारे मसीह भाईचारे दे विच एक दोस्ती एक दुख की जिहड़ी लहर है, इस तरह लग रहा है कि जिवें साडियां धार्मिक भावनावां नूं ठेस पहुँचाई गई है। सर की रिएक्शन की सी जदों आया, किस तरह की गतिविधि सी? जदों उस व्यक्ति ने इस कोशिश नूं करन दे विच कामयाबी हासिल कीती आ ते चर्च दे अंदर आण के इस तरह लग रहा सी कि जिवें वो चर्च के अंदरों कुछ कीमती समान लैके जाण दी इच्छा दे नाल अंदर दाखिल होया है। की कीता उहने आ के? उसने गेट तोड़ के आण के चर्च के सेवादारां दे नाल चर्च के मैंबरां दे नाल जवानां दे नाल भी बदतमीजी कोशिश करन दी कोशिश कीती है और पुलिस के सामने भी उसने बदतमीजी करन दी कोशिश कीती है। ਬੰਦਾ ਕੋਈ ਅਣਪਛਾਤਾ ਸੀ ਕਿ ਜਾਂ ਫਿਰ ਜਾਣਕਾਰ ਹੈਗਾ? ਨਹੀਂ, ਅਣਪਛਾਤਾ ਵਿਅਕਤੀ ਸੀ ਜਿਸ ਦੀ ਅਜੇ ਤੱਕ ਕੋਈ ਪਹਿਚਾਣ ਨਹੀਂ ਹੋ ਪਾਈ। ਕਦੇ ਪਹਿਲਾਂ ਦੇਖਿਆ ਇਸ ਏਰੀਏ ਦੇ ਵਿੱਚ? ਪਹਿਲੀ ਵਾਰ ਉਸਨੂੰ ਇਸ ਚਰਚ ਦੇ ਵਿੱਚ ਅਤੇ ਇਸ ਦੇ ਆਸ ਪਾਸ ਪਹਿਲੀ ਵਾਰ ਦੇਖਿਆ ਗਿਆ। ਉਹਨੂੰ ਪੁੱਛਗਿੱਛ ਵਿੱਚ ਕੀ ਦੱਸਿਆ ਉਹਨੇ? ਅਜੇ ਤੱਕ ਤਾਂ ਜਿਹੜੀ ਵੀ ਪੁੱਛਗਿੱਛ ਉਹਦੀ ਸਾਡੇ ਮਾਨਯੋਗ ਪੁਲਿਸ ਦੇ ਦੁਆਰਾ ਕੀਤੀ ਗਈ ਆ, ਉਹਦੇ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਕੀ ਹੁਣ ਤੁਸੀਂ ਕੰਪਲੇਂਟ 'ਚ ਕੀ ਦੱਸਿਆ? ਅਸੀਂ ਕੰਪਲੇਂਟ ਦੇ ਵਿੱਚ ਇਹੀ ਸੰਬੰਧਿਤ ਥਾਣਾ ਇੰਚਾਰਜ ਨੂੰ ਔਰ ਉੱਥੋਂ ਦੇ ਤਮਾਮ ਸਟਾਫ ਨੂੰ ਇਹੋ ਹੀ ਬੇਨਤੀ ਕੀਤੀ ਹੈ ਕਿ ਸਾਡੇ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਔਰ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਹੈ ਕਿ ਅਸੀਂ ਜੋ ਵੀ ਇਸ ਦੇ ਉੱਪਰ ਬਣਦੀ ਕਾਰਵਾਈ ਹੈ ਜ਼ਰੂਰ ਕਰਾਂਗੇ। ਅਤੇ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਸਰ ਇਹੀ ਮੰਗ ਕਰਦੇ ਹਾਂ ਕਿ ਅੱਜ ਤੋਂ ਲਗਭਗ 9 ਮਹੀਨੇ ਪਹਿਲਾਂ ਅਪ੍ਰੈਲ ਦੇ ਵਿੱਚ ਸਾਡੇ ਚਰਚ ਦੇ ਵਿੱਚ ਇਸੇ ਤਰ੍ਹਾਂ ਹੀ ਕਿਸੇ ਅਣਪਛਾਤੇ ਵਿਅਕਤੀ ਨੇ ਕੰਧ ਟੱਪ ਕੇ ਆਣ ਕੇ ਚੋਰੀ ਕੀਤੀ। ਸਾਡੀਆਂ ਜਿਹੜੀਆਂ ਕਿ ਪੁਰਾਤਨ ਪਵਿੱਤਰ ਚੀਜ਼ਾਂ ਸਨ, ਪਵਿੱਤਰ ਜਿਹੜੇ ਕਿ ਡਾਕੂਮੈਂਟ ਸਨ, ਉਹ ਚੋਰੀ ਕਰਕੇ ਲੈ ਗਿਆ ਔਰ ਇਸ ਦੀ ਜਿਹੜੀ ਇਤਲਾਹ ਹੈ ਸੰਬੰਧਿਤ ਥਾਣਾ ਨੂੰ ਦਿੱਤੀ ਗਈ, FIR ਕਰਵਾਈ ਗਈ ਔਰ ਉਸ ਵੇਲੇ ਵੀ ਇਹੋ ਵਿਸ਼ਵਾਸ ਦਵਾਇਆ ਗਿਆ ਸੀ ਕਿ ਬਣਦੀ ਜਿਹੜੀ ਕਾਰਵਾਈ ਹੈ ਕੀਤੀ ਜਾਵੇਗੀ। ਲਗਭਗ 9 ਮਹੀਨੇ ਹੋ ਗਏ ਨੇ, ਅਜੇ ਤੱਕ ਉਸ ਗੱਲ ਦਾ ਸਾਨੂੰ ਕੋਈ ਵੀ ਇਨਸਾਫ ਨਹੀਂ ਮਿਲ ਸਕਿਆ। ਕੀ ਮੰਗ ਕਰਦੇ ਹੋ? ਕੀ ਚਾਹੁੰਦੇ ਹੋ? ਅਸੀਂ ਇਹੀ ਮੰਗ ਕਰਦੇ ਹਾਂ, ਇਹੀ ਚਾਹੁੰਦੇ ਹਾਂ। ਫਿਲਹਾਲ ਪੁਲਿਸ ਵੱਲੋਂ CCTV ਦੇ ਆਧਾਰ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਕਿ ਜੇਕਰ ਇਹ ਵਿਅਕਤੀ ਚੋਰੀ ਦੀ ਨੀਅਤ ਨਾਲ ਆਇਆ ਹੋਵੇਗਾ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਕੀ ਕੰਪਲੇਂਟ ਆਈ ਜੀ? ਇੱਕ ਜਿਹੜਾ ਚਰਚ ਵੱਲੋਂ ਲੱਤਾਂ ਮਾਰਨ ਦੀ ਵੀਡੀਓ ਸਾਹਮਣੇ ਆਈ ਹੈ ਤੇ ਨਾਲੇ ਉਹਨਾਂ ਵੱਲੋਂ ਕਿਹਾ ਗਿਆ ਕਿ ਬੇਅਦਬੀ ਕੀਤੀ ਗਈ ਹੈ। ਦੇਖੋ, ਗੇਟ ਬਹੁਤ ਦੂਰ ਹੈ, ਚਰਚ ਬਹੁਤ ਦੂਰ ਹੈ, ਬੇਅਦਬੀ ਨਾਂ ਦੀ ਮੈਂ ਤਾਂ ਸਮਝਦੀ ਕਿ ਬੇਅਦਬੀ ਵਾਲੀ ਕੋਈ ਗੱਲ ਨਹੀਂ, ਠੀਕ ਹੈ। ਉਹ ਥੋੜ੍ਹਾ ਮੈਂਟਲੀ ਅਪਸੈਟ ਵੀ ਲੱਗਦਾ ਬੰਦਾ, ਚੋਰੀ ਦੀ ਨੀਅਤ ਨਾਲ ਵੀ ਹੋ ਸਕਦਾ, ਮੈਂ ਨਹੀਂ ਕਹਿ ਸਕਦੀ ਕਿ ਉਹ ਸਾਧ ਹੀ ਆਇਆ ਸੀਗਾ, ਲੇਕਿਨ ਉਹ ਚੋਰ ਵੀ ਹੋ ਸਕਦਾ ਆ, ਚੋਰੀ ਦੀ ਨੀਅਤ ਨਾਲ ਆਇਆ ਹੋ ਸਕਦਾ। ਅਤੇ ਇਸ ਕਰਕੇ ਉਹਨਾਂ ਨੇ ਸਾਨੂੰ ਦੱਸਿਆ ਸੀਗਾ, ਸਾਡੇ ਮੁਲਾਜ਼ਮ ਗਏ ਜਾ ਕੇ ਲੈ ਆਏ, ਮੈਂ ਵੈਰੀਫਾਈ ਕਰ ਰਹੀ ਹਾਂ ਸਾਰਾ ਮਾਮਲਾ, ਜੇ ਉਹਨੇ ਕੋਈ ਚੋਰੀ ਕੀਤਾ ਹੋਏਗਾ ਉਹਦੇ ਖਿਲਾਫ਼ ਪਰਚਾ ਦਰਜ ਕਰਾਂਗੇ, ਨਹੀਂ ਤਾਂ ਜੋ ਅਸੀਂ ਪ੍ਰੀਵੈਂਟਿਵ ਐਕਸ਼ਨ ਜ਼ਰੂਰ ਲਵਾਂਗੇ। ਪਿਛਲੇ ਕਾਫੀ ਸਮੇਂ ਤੋਂ ਪੰਜਾਬ 'ਚ ਬੇਅਦਬੀ ਦੀਆਂ ਕਾਫੀ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਨੇ, ਪਰ ਇਹ ਵਿਅਕਤੀ ਦੀ ਮਨਸ਼ਾ ਕੀ ਸੀ ਇਹ ਤਾਂ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ। ਕੁਝ ਬੰਦਿਆਂ ਦਾ ਕਹਿਣਾ ਕਿ ਇਹ ਚੋਰੀ ਕਰਨ ਆਇਆ ਸੀ ਤੇ ਕੁਝ ਦਾ ਕਹਿਣਾ ਕਿ ਬੇਅਦਬੀ ਦੀ ਨੀਅਤ ਨਾਲ ਆਇਆ ਸੀ, ਪਰ ਪੁਲਿਸ ਇਸ ਦੀ ਤਫਤੀਸ਼ ਵਿੱਚ ਜੁਟ ਗਈ ਹੈ। ਹਕੀਕਤ TV ਪੰਜਾਬੀ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।